ਮੇਰੀ ਵਾਰੀ ਤਾਂ ਹੀ ਨਹੀਂ ਸੀ ਆਈ, ਇਹ ਆਪੇ ਜਾਂਦੇ ਸੀ। ਸਲਾਮ ਅਲੈਕੁਮ ਜੀ, ਅਮੀ ਜੀ ਮੈਂ ਜਾਣ ਗਿਆ ਸੀ ਨਾ ਕਰੋ। ਅਮੀ ਜੀ ਠੀਕ ਹੈ ਮੈਂ ਆਹੋ ਬੱਸ ਠੀਕ ਹੈ ਜੀ। ਫਿਰ ਲਾਂਟੀਆ ਰੋਈ ਦਾ ਹੁੰਦਾ ਭਸਣ ਚਾਹਵਾ ਬਕਵਾਸ ਕਰ ਲਿਆ। ਮੈਂ ਤੇ ਰੋਂਦਾ ਹੀ ਨਹੀਂ ਸਰ, ਰੋਂਦਾ ਹੀ ਨਹੀਂ ਸਾ ਮੈਂ। ਅਖੀਰ ਮਾਂ ਨੇ ਇਹਨੂੰ ਲਿਆ ਕੇ ਮੈਨੂੰ ਵਹਾਇਆ, ਮੇਰੀਆਂ ਚੀਕਾਂ ਨਿਕਲ ਗਈਆਂ। ਮੈਂ ਆਪਣੀ ਅੰਮਾ ਨਾਲ ਲੜ ਪਿਆ, ਮੈਂ ਕਿਹਾ ਜੇ ਦੁਨੀਆ ਤੇ ਇਹ ਹੋਣ ਡਿਆ ਤੇ ਮੈਨੂੰ ਤੇ ਦੱਸੋ ਕੋਈ ਜ਼ਰੂਰੀ ਸੀ ਆਉਣਾ, ਇੰਨਾ ਗੰਦ ਪੈ ਰਿਹਾ, ਦਫ਼ਾ ਕਰੋ ਇਸ ਕੰਮ ਚ। ਇਹਨੇ ਵੀ ਕਿਹਾ ਸੀ ਅਮੀ ਮੇਰਾ ਨਾੜੂ ਤੇ ਕੱਟੋ, ਇਹਦੇ ਆਪਣੇ ਕੋਲੋਂ ਕਿਹਾ ਨਹੀਂ ਨਹੀਂ ਮੂੰਹ ਬੁਰਾ ਹੈ ਵੜ ਛੱਡੋ ਚੌਂਕ ਨੂੰ ਹਵਾ ਲੱਗਣ ਦੇ। ਐਡੇ ਐਡੇ ਅਸੀਂ ਪਿੰਡਾਂ ਦੀ ਥੈਲੇ ਚਾੜਨੇ ਬੱਕਰੀਆਂ ਨੂੰ, ਉਹ ਫਰੈਂਡ ਰੋਦੀਆਂ ਨਹੀਂ ਤੇ ਕਿਉਂ ਥੈਲੇ ਚਾੜਦੇ ਹੋ, ਉਂਝ ਕਿਉਂ ਨੀ ਉਹਨਾਂ ਨੂੰ ਸਮਝਾ ਦਿੰਦੇ? ਸਮਝਾਈਦਾ ਨਹੀਂ ਤੇ ਫਿਰ ਜੇ ਤੁਹਾਡੀ ਗੱਲ ਨਹੀਂ ਮੰਨਦੀਆਂ ਤੇ ਵੇਚੋ ਉਹਨਾਂ ਨੂੰ ਕਿਉਂ ਰੱਖੇ ਆ ਜੀ? ਵੇਚਦੀ ਇਸੇ ਦੁੱਖੋ ਵੇਚਦੀ ਆ ਜੀ। ਹੱਸੋ ਨਾ ਜਰਾ, ਕਿਉਂ ਹੱਸਾਂ? ਕਿਉਂ ਸਾਹਮਣੇ ਮਈਅਤ ਪਈ ਹੈ, ਕਿਉਂ ਹੱਸਾਂ? ਅਫਸੋਸ ਦਾ ਮੁਕਾਮ ਹੈ ਅਫਸੋਸ ਦਾ। ਆਪਣੇ ਇਹ ਬਦੀਦ ਹੋ ਗਏ ਹੈ, ਬਦਤਮੀਜ਼ਾ। ਲੋਕੀ ਫੋਟੋਆਂ ਖਿਚਾ ਕੇ ਮੇਜ਼ਾਂ ਤੇ ਰੱਖਦੇ ਨੇ, ਇਹਨੇ ਫੋਟੋ ਖਿਚਾ ਕੇ ਤਾਰ ਨਾ ਟੰਗ ਛੱਡੀ, ਉਹ ਤੇ ਵੇਖ ਜਰਾ ਮਾਸ਼ਾਅੱਲਾ। ਹੱਸ ਰਿਹਾ ਦਰਮ ਮੁਬਾਰਕ ਹੋਵੇ, ਡੱਕਾ ਖੁੱਲ ਗਿਆ। ਵੇਖ ਲੈ ਤੂੰ ਕਿੰਨੇ ਦੇਰ ਦਾ ਇੱਥੇ ਰਹਿਣ ਡਿਆ, ਡੱਕਾ ਨੀ ਖੁੱਲਿਆ। ਮੈਂ ਆਇਆ ਤੇ ਡੱਕਾ ਖੁੱਲੀ। ਉਹ ਮੈਨੂੰ ਬੋਲਣ ਕਿਉਂ ਨਹੀਂ ਦਿੰਦਾ? ਮੇਰੀ ਵਾਰੀ ਚੌਕਸ ਕਿਉਂ ਰਹਿਣਾ ਤੂੰ? ਲਾਤੀਆ ਤੇਰੀ ਨਾ ਪਤਾ, ਤੇਰੀ ਯਾਰੀ ਸਾਨੂੰ ਸਿਆਪਾ ਪਿਆ ਹੁੰਦਾ। ਮਾਸ਼ਾਅੱਲਾ ਏਡਾ ਵੱਡਾ ਮੂੰਹ ਹੈ, ਹੱਸਦਾ ਤੇ ਲੱਗਦਾ ਨੇਸ ਚ ਨਾਲਾ ਨਿਕਲ ਗਿਆ। ਨਾਸ਼ਤਾ ਖਾਂਦਾ ਨੀ, ਇੰਜ ਰੱਖ ਲੈਂਦਾ। ਫਲਾਸ਼ ਨਾਲ ਪਾਣੀ ਨੀ ਪੀਂਦਾ ਮੇਰਾ ਭਰਾ, ਮੂੰਹ ਵੱਡਾ ਨਾ, ਫਲਾਸ਼ ਤੇ ਜਾਂਦਾ ਟੂਟੀ ਇੱਥੇ ਰੱਖਦਾ ਉੱਥੇ ਫਲਾਸ਼ ਖਿੱਚ ਦਿੰਦਾ। ਪਰੇ ਦਬਾ ਹੋ ਜਾਓ, ਸ਼ਟ ਅਪ। ਇਸ ਤਰ੍ਹਾਂ ਫੋਰਸ ਨਾਲ ਨੀ ਕਹੀਦਾ, ਕਹੀਦਾ ਸ਼ਟ ਅਪ। ਪਿੱਛੇ ਹਵਾ ਵੀ ਬੜੀ ਨਾ, ਸ਼ਟ ਅਪ। Get up, get out from here, get up, go, 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 man, go. ਇਹਦਾ ਸੋਹਣਾ ਜਵਾਨ ਤੇ ਬੋਲਦਾ ਕਿਸ ਤਰ੍ਹਾਂ, ਓਏ ਇੰਜ ਹੋ ਗਿਆ ਏ, ਆ ਹੋ ਗਿਆ ਏ, ਨਿਊ ਖਾਂਦਾ ਕਨੈਕਟਰ। ਸ਼ਟ ਅਪ, ਸ਼ਟ ਅਪ ਨਹੀਂ ਹੁੰਦਾ, ਸ਼ਟ ਅਪ। ਕਹਿੰਦਾ ਤੂੰ ਵੀ ਸ਼ਟ ਅਪ ਪੀਏ, ਸੜ ਕੇ ਸ਼ਟ ਅਪ ਹੋ ਜਾਂਦਾ, ਮੂੰਹ ਤੇਰਾ ਇਹੋ ਜਿਹਾ, ਤੇਰੇ ਸਪੈਲਨ ਦੰਦਾਂ ਚ ਫਸ ਜਾਂਦੇ, ਪਰੇ ਮਰ ਜਾ। ਹੁਣ ਜਨਾਨਾ ਹੋ ਗਿਆ, 20,000 ਰੁਪਿਆ ਤੁਹਾਡੇ ਵਾਲਦ ਸਾਹਿਬ ਨੇ ਮੇਰੇ ਕੋਲ ਲੈ ਕੇ ਜੂਏ ਚਾਹੀਦਾ। ਤੈਨੂੰ ਕਹਿੰਦਾ ਟੀਵੀ ਤੇ ਸਮਝਿਆ ਕਰ, ਟੀਵੀ ਤੇ ਬੈਠਾ ਇਸ ਵੀ ਅਮਰੀਕਾ ਵੱਲੋਂ ਨਾ ਕਰਜ਼ਾ ਮੰਗਣ ਗਿਆ। ਜਦੋਂ ਦਾ ਬੰਬ ਚੱਲੇ ਆ ਉੱਥੇ ਵੀ ਐਂਟੀ ਪਈ ਨੇ, ਹੁਣ ਉਹਦੇ ਕੋਲ ਡਰਦੇ ਫਿਰੀਏ ਜਿਹੜਾ ਅਮਰੀਕਾ ਤੋਂ ਚਿੱਤਰ ਖਾਣਾ ਦੇ। ਸਮਝਾਉਂਦਾ ਨੀ ਕਿਉਂ ਦੇ ਅਸੀਂ ਬਈ, ਅਸੀਂ ਤੁਹਾਡੇ ਵਰਗੇ ਨੀ ਨਾ ਹੈਗੇ, ਫਿਰ ਪੈਸਾ ਦੇ ਕੇ ਮੁੜਕੇ ਬਿਜਲੀ ਕਰਨ ਵਾਲੇ ਸਹੀ ਮਤ ਰੱਖਾ ਕਰੇ।
تھینک یو آپ نے مجھے احتیاط بتا دی. ایک مو تھی سواگا نے نہیں کہا سر سر میری کبھی لگ جانی کدھر سمجھ گیا ہے سواگ استعمال کر کر کے تم وڈا کیتا ہے. ایک میری ناراض ہو گئی ہے آج کل دکان وہی کچے پانڈو کی ہے یا اسٹیل کے برتن بیچتے ہیں؟ نہیں نہیں وہ کچے برتن مٹی کے. ماشاء اللہ مٹی کے برتن. ہاں یس. کیا ہوا کانوں پڑ گئی آپ کو؟ میرے کو یہ خوبصورتی ہے. اچھا اچھا اچھا. کسی وقت سائیکل سے اترتے ہوئے میرا خیال ہے پٹھے پہ پٹھا چڑھ گیا. اردو کی پٹھا کتوں آ گیا؟ اردو میں ہوتا ہے اردو کا پٹھا. میں تمہیں وہ والا پٹھا کہہ رہا ہوں تم خوش نہ ہو. تو کبھی بھی کیوٹ نہیں ہو سکتا مگر جتنی بڑی مرضی آسما پلو آم نے فیسے نہیں لگوں گا تیرا پلو آم میں پیسے منگنا مر دے نہ یہ دے نہ لانتیا اپنا منہ بھی ویکھ گیا کر لگتا کہ مزدور نے روٹی بن کے رکھی اینی کی ہوندی وچوں اینا کو مسوڑا نکل دے اے ویس نکلدا کنا کے سوئے بیٹھے گا. یعنی ہوں میں صرف یہ وہدا رہا کلو کے کہ کلا کو نکلتا ہے وہ ناراض ہو کے چلی گئی اور تو انہوں منان نہیں جا رہا یہ بھی ڈیوٹی ہوں مینو دے باہر آؤ کمیوں اور کمی کمینیوں باہر آؤ باہر آؤ ٹانگے مگر گھر پہنچنے والے ادھر آؤ باہر آؤ دو گزارا کرنے والے باہر آؤ ویکو کون آیا پیا کون مینو تم تین نہیں پتا میں کون کون ہے تم خان عبدل جبار خان دا بیجیا ہویا او بندہ جیدی ڈیوٹی او دی تیہیتے لگیئے تو کونے میں تیرے خان عبدالجبار دی تیہیتے خامندہ پراما ایدہ اے مطلب ہویا کہ تو یو مردود ہے جیڑا انہ دی تینو تنگ کر دے ایدہ مطلب اے ہویا کہ تو ہی او امرود ہے جیدے چکیڑا پہ آ ہوں دے تے تیری ماں او بھی کٹ کے کھا لین دی پہلے کٹ دیئے ایتھے راکھ کے این مڑ دیئے پھر کھا دیئے مال دی تیری ماں ہی ہے نا